यूएस ਦੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਪੋਤੀ ਦੀ ਜਿਹੜੀ ਹੁੰਦੀ ਕਾਰ ਦੇ ਉੱਪਰ ਜਦੋਂ ਕਿਸੇ ਨੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕਾਰ ਬ੍ਰੇਕਅਪ ਕਰਨ ਦੀ ਕੋਸ਼ਿਸ਼ ਕੀਤੀ ਬ੍ਰੇਕਿੰਗ ਕਰਨ ਦੀ ਕਾਰ ਦੇ ਵਿੱਚ ਤਾਂ ਫਿਰ ਉਹਨਾਂ ਦਾ ਜਿਹੜਾ ਗਾਰਡ ਮਿਲਿਆ ਸੀ ਉਹਨਾਂ ਨੇ ਫਾਇਰ ਓਪਨ ਕਰ ਦਿੱਤੀ ਹਾਲਾਂਕਿ ਕਿਸੇ ਦੀ ਸੱਟ ਨਹੀਂ ਲੱਗੀ ਪਰ ਇਹ ਜਿਹੜੀ ਹੈ ਉਹਨਾਂ ਦੀ ਪੋਤੀ ਨਾਓਮੀ ਬਾਈਡਨ 29 ਸਾਲ ਦੀ ਹੈ ਇਹ ਨਹੀਂ ਪਤਾ ਕਿ ਉਸ ਵੇਲੇ ਉਸ ਦੇ ਨੇੜੇ ਸੀਗੀ ਕਿ ਨਹੀਂ ਸੀਗੀ ਪਰ ਜੋਰਜਟਾਊਨ ਏਰੀਆ ਜਿਹੜਾ ਕਿ ਬਹੁਤ ਜ਼ਿਆਦਾ ਅਮੀਰ ਏਰੀਆ ਹੈਗਾ ਹੈ ਉੱਥੇ ਗੱਡੀ ਪਾਰਕ ਸੀਗੀ ਔਰ ਕੱਲ੍ਹ ਰਾਤ ਤਕਰੀਬਨ 11:58 ਦੀ ਇਹ ਘਟਨਾ ਹੈਗੀ ਹੈ ਰਾਤ ਦਾ ਟਾਈਮ ਸੀਗਾ ਸੀਕਰਟ ਸਰਵਿਸ ਏਜੰਟਸ ਜਿਹੜੇ ਨੇ ਉਹਨਾਂ ਨੂੰ ਲੱਗਿਆ ਕਿ 3 ਇੰਡੀਵਿਜੁਅਲ ਜਿਹੜੇ ਨੇ 3 ਲੋਕ ਉਹ ਜਿਹੜੀ ਕਾਰ ਪਾਰਕ ਕੀਤੀ ਹੋਈ ਸੀਗੀ ਉਸ ਦੀ ਵਿੰਡੋ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਪ੍ਰੈਜ਼ੀਡੈਂਸ਼ੀਅਲ ਪ੍ਰੋਟੈਕਸ਼ਨ ਸਰਵਿਸ ਏਜੰਸੀ ਦੇ ਜਿਹੜੇ ਬੰਦੇ ਸੀਗੇ ਨਾਲ ਉਹਨਾਂ ਨੇ ਇੱਕਦਮ ਇਹ ਜਿਹੜੀ ਹੈ ਇਹ ਫਾਇਰ ਕੀਤਾ ਔਰ ਫਿਰ ਇਹ ਜਿਹੜੇ ਸਸਪੈਕਟ ਸੀਗੇ ਤਿੰਨੋਂ ਉਹ ਤਾਂ ਉੱਥੋਂ ਭੱਜ ਨਿਕਲੇ ਕਿਸੇ ਦੇ ਕੋਈ ਸੱਟ ਨਹੀਂ ਲੱਗੀ ਔਰ ਇਹ ਜਿਹੜੀ ਕਾਰ ਹੈਗੀ ਹੈ ਇਹ ਨਾਓਮੀ ਬਾਈਡਨ ਦੀ ਸਿਕਿਉਰਿਟੀ ਡਿਟੇਲ ਦੀ ਕਾਰ ਸੀਗੀ ਉਸਦਾ ਪਾਰਟ ਸੀਗੀ ਔਰ ਇਹ ਅਨਨੇਮ ਜਿਹੜੀ ਸੀਗੀ ਕਾਰ ਸੀਗੀ ਕਿਉਂਕਿ ਥੋੜ੍ਹਾ ਜਿੰਨਾ ਇਸ ਨੂੰ ਅਨਮਾਰਕਡ ਵਹੀਕਲ ਰੱਖਿਆ ਹੋਇਆ ਸੀਗਾ ਔਰ ਇਹ ਹੁਣ ਕਿਸੇ ਦੇ ਕੋਈ ਸੱਟ ਵੱਟ ਨਹੀਂ ਲੱਗੀ ਹੈ ਪਰ ਜਿਹੜੇ ਸੀਕ੍ਰੇਟ ਜਿਹੜੇ ਏਜੰਟਸ ਹੁੰਦੇ ਨੇ ਜਿਹੜੇ ਸਿਕਿਉਰਿਟੀ ਏਜੰਟ ਜਿਹੜਾ ਪ੍ਰੋਵਾਈਡ ਕੀਤਾ ਗਿਆ ਸੀਗਾ ਨਾਓਮੀ ਬਾਈਡਨ ਨੂੰ ਉਹਨੇ ਉਸ ਵੇਲੇ ਜਿਹੜਾ ਐਕਸ਼ਨ ਕੀਤਾ ਜਿਸ ਦੇ ਨਾਲ ਜਿਹੜੀ ਕਾਰ 'ਤੇ ਬਚ ਗਈ ਹੈ ਔਰ ਉਹ ਤਿੰਨੋਂ ਜਿਹੜੇ ਦੌੜ ਗਏ ਨੇ ਹਜੇ ਤੱਕ ਪਕੜ 'ਚ ਨਹੀਂ ਆ ਪਾਏ।